ਦੇਸੀ ਪੁਲਿਸ ਨੂੰ ਐਸਐਸਪੀ ਨੂੰ ਕਾਫੀ ਦੇਰ ਤੋਂ ਇਹ ਕਹਿੰਦੇ ਆ ਰਹੇ ਆ ਕਿ ਜਿਹੜੇ ਗਲਤਾਂ ਸੰਨ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਜੋ ਨਹੀਂ ਕੀਤੀ ਕਾਂਗਰਸ ਦੇ ਵੇਲੇ ਇਹਨਾਂ ਨੇ ਨੌਕਰੀਆਂ ਸਾਡੇ ਹਲਕੇ ਦੇ ਵਿੱਚ ਕਿਸੇ ਨੂੰ ਨਹੀਂ ਦਿੱਤੀਆਂ ਜੇ ਦਿੱਤੀਆਂ ਤਾਂ ਕੋਟਲੀ ਪਰਿਵਾਰ ਉਹਨਾਂ ਨੂੰ ਦਿੱਤੀਆਂ ਇਹਨਾਂ ਨੇ ਆਪਣੇ ਮੁੰਡੇ ਨੂੰ ਹੀ ਜਿਹੜਾ ਹੈਗਾ ਉਹਨੂੰ ਡੀਐਸਪੀ ਲਾਇਆ ਕਿ ਅਸੀਂ ਆਪਣੇ ਭਤੀਜਿਆਂ ਨੂੰ ਅਸੀਂ ਆਪਣੇ ਪੁੱਤਾਂ ਨੂੰ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਉਹਨਾਂ ਲਈ ਨੌਕਰੀਆਂ ਦਾ ਪ੍ਰਬੰਧ ਨਹੀਂ ਕਰਾਂਗੇ ਉਹਨਾਂ ਨੂੰ ਡੀਐਸਪੀ ਨਹੀਂ ਲਾਵਾਂਗੇ ਜਿਹੜਾ ਵੀ ਦੋਸ਼ੀ ਹੋਇਆ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਊਗੀ ਜਿਹੜੇ ਗਲਤ ਅਨਸਰ ਨੇ ਉਹ ਬਿਲਕੁਲ ਵੀ ਬਖਸ਼ੇ ਨਹੀਂ ਜਾਣਗੇ ਚਾਹੇ ਸਾਡਾ ਕੋਈ ਵੀ ਕਿੰਨਾ ਵੀ ਕਰੀਬੀ ਕਿਉਂ ਨਾ ਹੋਵੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਦੈਨਿਕਸ ਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀ ਗਪਾਲ ਹਲਕਾ ਪਾਇਲ ਦੇ ਵਿੱਚ ਮੌਜੂਦ ਆ ਤਾਂ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗੈਸਪੁਰਾ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਵੱਲੋਂ ਅੱਜ ਇੱਕ ਪੀਸੀ ਕੀਤੀ ਗਈ ਹੈ ਪ੍ਰੈਸ ਵਾਰਤਾ ਸੱਦੀ ਗਈ ਜਿੱਥੇ ਤਾਂ ਗੱਲਬਾਤ ਵੀ ਕਰਾਂਗੇ ਡਿਵੈਲਪਮੈਂਟ ਦੇ ਇਸ਼ੂ ਤੇ ਮੁੱਦਿਆਂ ਤੇ ਵੀ ਗੱਲਬਾਤ ਕਰਨ ਉਹਨਾਂ ਦੇ ਵੱਲੋਂ ਕਰਨੀ ਹੈ ਤਾਂ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਚਾਈਨਾ ਡੋਰ ਨੂੰ ਲੈ ਕੇ ਕਾਫੀ ਜ਼ਿਆਦਾ ਇਸ ਵਾਰ ਜਿਹੜੀ ਕਿ ਇੱਕ ਕਾਨੂੰਨੀ ਕਾਰਵਾਈ ਇਹ ਦੇਖਣ ਨੂੰ ਮਿਲੀ ਹੈ ਪਰ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਹਲਕਾ ਪਾਇਲ ਦੇ ਵਿੱਚੋਂ ਮਨਵਿੰਦਰ ਗੈਸਪੁਰਾ ਉਹਨਾਂ ਦੇ ਵੱਲ ਧਨਵਾਦ ਜੀ ਦਿਨਿਕ ਟੀਵੀ ਸਥਾਨਿਕ ਸਵੇਰਾ ਟੀਵੀ ਦੇਖਦੇ ਸਾਰੇ ਸਰੋਤਿਆਂ ਨੂੰ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਚੈਨਾ ਡੋਰ ਦਾ ਕਾਫੀ ਜਿਆਦਾ ਇਸ ਵਾਰ ਇਸ਼ੂ ਰਿਹਾ ਵਾ ਕਈ ਲੋਕਾਂ ਨੇ ਜਾਨ ਤੋਂ ਹੱਥ ਵੀ ਗਵਾਏ ਕਾਫੀ ਲੋਕ ਜ਼ਖਮੀ ਵੀ ਹੋਏ ਤੁਹਾਡੇ ਵੱਲੋਂ ਪਹਿਲ ਕਦਮੀ ਕੀਤੀ ਗਈ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਾਫੀ ਜਿਆਦੀਆਂ ਕਾਰਵਾਈਆਂ ਦੇਖਣ ਨੂੰ ਮਿਲਿਆ ਗਈਆਂ ਕਿਵੇਂ ਤੁਹਾਡੇ ਜਹਨ ਦੇ ਵਿੱਚ ਆਇਆ ਮਸਲਾ ਵੀ ਸਭ ਤੋਂ ਪਹਿਲਾਂ ਚੈਨਾ ਡੋਰ ਦੇ ਉੱਤੇ ਕੰਨ ਨਾ ਹੱਥ ਪਾਈ ਜਾਵੇ ਸਾਡੇ ਇੱਕ ਦਰਾਹਾ ਪਿੰਡਾ ਸਾਡਾ ਸ਼ਹਿਰ ਇਥੋਂ ਦੀ ਇੱਕ ਲੜਕੀ ਮੈਕਡੋਨਲਡਸ 'ਚ ਕੰਮ ਕਰਦੀ ਸੀ ਇੱਕ ਵਾਰ ਸ਼ਾਮ ਨੂੰ ਉਹ ਆਪਣੀ ਡਿਊਟੀ ਤੋਂ ਆ ਰਹੀ ਸੀ ਤੇ ਟੈਨ ਚਾਇਨਾ ਡੋਰ ਦੇ ਵਿੱਚ ਉਲਝਣ ਦੇ ਕਾਰਨ ਉਹਦੀਆਂ ਗਲੇ ਦੀਆਂ ਜਿਹੜੀਆਂ ਨਸਾਂ ਨੇ ਉਹ ਕੱਟੀਆਂ ਗਈਆਂ ਤੇ ਕਾਫੀ ਉਹ ਦੇਰੇ ਇਲਾਜ ਰਹੀ ਹੈ ਤੇ ਅਸੀਂ ਪੁਲਿਸ ਨੂੰ ਐਸਐਸਪੀ ਨੂੰ ਕਾਫੀ ਦੇਰ ਤੋਂ ਇਹ ਕਹਿੰਦੇ ਆ ਰਹੇ ਹਾਂ ਕਿ ਜਿਹੜੇ ਗਲਤ ਅੰਸਰ ਨੇ ਇਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਤੇ ਜੋ ਨਹੀਂ ਕੀਤੀ ਫਰ ਸੀ ਇਸ ਗੱਲ ਦਾ ਆਪ ਬੀੜਾ ਚੱਕਿਆ ਕਿ ਜਿੰਨੇ ਵੀ ਇਹ ਦੁਕਾਨਦਾਰ ਨੇ ਆਪ ਜਾ ਕੇ ਰੇਡ ਕਰਕੇ ਅਸੀਂ ਬਹੁਤ ਸਾਰੇ ਦੁਕਾਨਦਾਰਾਂ ਦੇ ਕੋਲੋਂ ਆਪ ਜਿਹੜੇ ਚਾਇਨਾ ਡੋਰ ਦੇ ਗੱਟੂ ਨੇ ਉਹ ਫੜ ਕੇ ਬੰਦ ਵੀ ਕਰਾਏ ਤੇ ਉਹਨਾਂ ਦੇ ਖਿਲਾਫ ਪਰਚੇ ਵੀ ਦਰਜ ਕਰਾਏ ਔਰ ਮੈਂ ਇਸ ਗੱਲ ਹੀ ਲੋਕਾਂ ਨੂੰ ਕਿਉਂਕਿ ਸਾਨੂੰ ਲੋਕਾਂ ਨੇ ਵਿਧਾਇਕ ਚੁਣ ਕੇ ਬਣਾਇਆ ਤੇ ਅਸੀਂ ਉਹਨਾਂ ਦੇ ਲਈ ਵਚਨਬੱਧ ਹਾਂ ਕਿ ਜਿੰਨੇ ਵੀ ਗਲਤ ਕੰਮ ਕਰਨ ਵਾਲੇ ਲੋਕ ਨੇ ਉਹ ਕੋਈ ਵੀ ਹੋਣ ਉਹ ਬਖਸ਼ੇ ਨਹੀਂ ਜਾਣਗੇ ਇਸੇ ਗੱਲ ਨੂੰ ਲੈ ਕੇ ਅਸੀਂ ਆਪਣੇ ਹਲਕੇ ਦੇ ਵਿੱਚ ਮਹਿੰਮ ਚਲਾਈ ਆ ਚੈਨਾ ਡੋਰ ਦੇ ਲਈ ਵੀ ਔਰ ਇਸ ਤੋਂ ਇਲਾਵਾ ਅਸੀਂ ਆਪਣੇ ਹਲਕੇ ਦੇ ਵਿੱਚ ਜਿਹੜੇ ਪਿਛਲੇ 10 ਮਹੀਨਿਆਂ ਦੇ ਵਿੱਚ ਜਿਹੜੇ ਕਿ ਡਿਵੈਲਪਮੈਂਟ ਦੇ ਕੰਮ ਕੀਤੇ ਨੇ ਉਹ ਵੀ ਅੱਜ ਪ੍ਰੈਸ ਦੇ ਸਾਹਮਣੇ ਰੱਖੇ ਨੇ ਜਿਸ ਤਰੀਕੇ ਦੇ ਨਾਲ ਅਸੀਂ ਸਾਡੇ ਇੱਥੇ ਬਹੁਤ ਵੱਡਾ ਪ੍ਰਾਤਨ ਸ਼ੇਰਸਾ ਸੂਰੀ ਦੇ ਟਾਈਮ ਦਾ ਕਿਲਾ ਵਾ ਔਰ ਉਹ ਕਿਲੇ ਨੂੰ ਵਿਸਾਰਿਆ ਹੋਇਆ ਸੀ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਅਸੀਂ ਆਪ ਇਹਦੇ ਲਈ ਐਫਰਟ ਕਰਕੇ ਉਹਦੇ ਲਈ 6 ਕਰੋੜ ਰੁਪਇਆ ਲੈ ਕੇ ਆਂਦਾ ਤੇ ਅੱਜ ਉਹ ਕਿਲਾ ਜਿਹੜਾ ਹੈਗਾ ਉਹਦੇ ਲਈ ਮੁਰੰਮਤ ਦੁਆਰ ਤੋਂ ਸ਼ੁਰੂ ਹੋਈ ਹੈ ਬਹੁਤ ਸੋਹਣਾ ਕਿਲਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਬਣ ਕੇ ਤਿਆਰ ਹੋਊਗਾ ਇਸੇ ਤਰੀਕੇ ਦੇ ਨਾਲ ਸਾਡੇ ਪੈਰਲ ਹਸਪਤਾਲ ਦੇ ਵਿੱਚ ਮੋਰਚਰੀ ਨਹੀਂ ਸੀ ਜਦੋਂ ਕੋਈ ਇਸੇ ਦੀ ਡੈਥ ਹੋ ਜਾਂਦੀ ਸੀ ਤੇ ਉਹਨੂੰ ਲੁਧਿਆਣੇ ਜਾਣਾ ਪੈਂਦਾ ਸੀ ਤੇ ਉਸ ਨੂੰ ਵੀ ਅਸੀਂ ਚਾਲੂ ਕਰਾਇਆ ਸਾਡੇ ਇੱਥੇ ਦਰਾਹੇ ਦੇ ਵਿੱਚ ਇੱਕ ਕਮਿਊਨਿਟੀ ਹਾਲ ਸੀ ਉਹ ਕਮਿਊਨਿਟੀ ਹਾਲ ਪਿਛਲੀਆਂ ਸਰਕਾਰਾਂ ਦੇ ਵੇਲੇ ਕੀ ਹੋਇਆ ਕਿ ਪਿਛਲੇ ਜਿਹੜਾ ਪ੍ਰਧਾਨ ਸੀ ਕਾਂਗਰਸ ਦਾ ਉਹਨੇ ਆਪਣੇ ਕਿਸੇ ਨਜ਼ਦੀਕੀ ਨੂੰ ਦੇ ਕੇ ਉਹਨੇ 3 ਸਾਲ ਨਾ ਤਾਂ ਉਹਦਾ ਕੋਈ ਬਿਜਲੀ ਦਾ ਬਿੱਲ ਭਰਿਆ ਤੇ ਨਾ ਉਹਦਾ ਕੋਈ ਕਿਰਾਇਆ ਦਿੱਤਾ ਉਲਟਾ ਜਦੋਂ ਜਾਂਦਾ ਸੀ ਤੇ ਜਾਂਦਾ ਹੋਇਆ ਸਾਰਾ ਕੁਝ ਚੋਰੀ ਕਰਕੇ ਲੈ ਗਿਆ ਤੇ ਉਸ ਗੱਲ ਦਾ ਅਸੀਂ 58 ਲੱਖ ਦੇ ਕਰੀਬ ਜਿਹੜਾ ਉਹ ਗਬਨ ਦਾ ਜਿਹੜਾ ਇੱਕ ਕੇਸ ਆ ਉਹ ਵੀ ਅਸੀਂ ਖੰਨੇ ਦੇ ਵਿੱਚ ਦਰਜ ਕਰਾਇਆ ਔਰ ਇਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਸਾਡੀ ਮਾਨ ਸਰਕਾਰ ਲੋਕਾਂ ਨੂੰ ਨੌਕਰੀਆਂ ਦੇ ਰਹੀ ਐ ਤੁਸੀਂ ਦੇਖਿਆ ਹੋਣਾ ਕਿ ਕਾਂਗਰਸ ਦੇ ਵੇਲੇ ਇਹਨਾਂ ਨੇ ਨੌਕਰੀਆਂ ਸਾਡੇ ਹਲਕੇ ਦੇ ਵਿੱਚ ਕਿਸੇ ਨੂੰ ਨਹੀਂ ਦਿੱਤੀਆਂ ਜੇ ਦਿੱਤੀਆਂ ਤਾਂ ਕੋਟਲੀ ਪਰਿਵਾਰ ਉਹਨਾਂ ਨੂੰ ਦਿੱਤੀਆਂ ਇਹਨਾਂ ਨੇ ਆਪਣੇ ਮੁੰਡੇ ਨੂੰ ਹੀ ਜਿਹੜਾ ਹੈਗਾ ਉਹਨੂੰ ਡੀਐਸਪੀ ਲਾਇਆ ਔਰ ਇਹਦੇ ਉਲਟ ਸਾਡੇ ਭਗਵੰਤ ਸਿੰਘ ਮਾਨ ਜੀ ਨੇ ਇੱਕ ਜਿਹੜਾ ਹਾਕੀ ਦਾ ਖਿਡਾਰੀ ਸੀ ਉਹਨੂੰ ਕੋਚ ਦੀ ਨੌਕਰੀ ਦਿੱਤੀ ਆ ਸਾਡੇ ਕਿਸੇ ਪਰਿਵਾਰਕ ਮੈਂਬਰਾਂ ਨੂੰ ਅਸੀਂ ਨੌਕਰੀਆਂ ਨਹੀਂ ਦਿੱਤੀਆਂ ਅਸੀਂ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਨੌਕਰੀਆਂ ਦੇ ਰਹੇ ਆ ਇਹੀ ਗੱਲ ਨੂੰ ਦੱਸਣ ਦੇ ਲਈ ਅੱਜ ਅਸੀਂ ਇੱਥੇ ਪ੍ਰੈਸ ਕਾਨਫਰੰਸ ਰੱਖੀ ਆ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਕੀ ਹੁੰਦਾ ਰਿਹਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕੀ ਹੁੰਦਾ ਰਿਹਾ ਮੈਂ ਇਹਨਾਂ ਨੂੰ ਵੰਗਾਰ ਕੇ ਕਹਿਣਾ ਕਿ ਹਲਕੇ ਪੈੜ ਦੇ ਜਿਹੜੇ ਪੁਰਾਣੇ ਜਿੰਨੇ ਵੀ ਹੁਣ ਤੱਕ ਦੇ ਇੱਥੇ ਐਮ.ਐਲ.ਏ ਰਹੇ ਨੇ ਉਹ ਬਾਹਰ ਖੜੀ ਕਰਕੇ ਕੋਈ ਇੱਕ ਕੰਮ ਦੱਸਣ ਕਿ ਉਹਨਾਂ ਨੇ ਇਹ ਕੰਮ ਕਰਾ ਕੇ ਦਿੱਤਾ ਅਸੀਂ ਦੱਸ ਰਹੇ ਆ ਕਿ ਅਸੀਂ ਲੋਕਾਂ ਦੇ ਲਈ ਸਿਹਤ ਸਹੂਲਤਾਂ ਦੇ ਲਈ ਉਹਨਾਂ ਦੀ ਵਿੱਦਿਆ ਉਹਨਾਂ ਨੂੰ ਚੰਗਾ ਰੁਜ਼ਗਾਰ ਦੇਣ ਦੇ ਲਈ ਅਸੀਂ ਕੀ ਕਰ ਰਹੇ ਹਾਂ ਇਹ ਗੱਲ ਦੇ ਲਈ ਅਸੀਂ ਅੱਜ ਇੱਥੇ ਪ੍ਰੈਸ ਕਾਨਫਰੰਸ ਰੱਖੀ ਸੀ ਤੇ ਤੁਸੀਂ ਗੱਲ ਕੀਤੀ ਖਿਡਾਰੀ ਦੀ ਇੱਕ ਹਾਕੀ ਦੇ ਖਿਡਾਰੀ ਦੀ ਇੱਕ ਤੁਹਾਡੇ ਨੇੜੇ ਖੰਨੇ ਦੇ ਵਿੱਚ ਵੀ ਇੱਕ ਹੈਂਡੀਕੈਪਟਾ ਖਿਡਾਰੀ ਜੋ ਪਿਛਲੇ ਲੰਬੇ ਸਮੇਂ ਤੋਂ ਲੱਗਿਆ ਹੋਇਆ ਨੈਸ਼ਨਲ ਇੰਟਰਨੈਸ਼ਨਲ ਪਲੇਅਰ ਰਹਿ ਚੁੱਕਿਆ ਪਰ ਅੱਜ ਉਹ ਸਭਜੀ ਵਿੱਚ ਉਹਨੂੰ ਮਜਬੂਰ ਹੈ ਉਹ ਵੀ ਕਈ ਵਾਰ ਆਪਣਾ ਸਰਕਾਰਾਂ ਗਈਆਂ ਅਕਾਲੀ ਦਲ ਤੋਂ ਲੈ ਕੇ ਕਾਂਗਰਸ ਦਾ ਹੁਣ ਆਮ ਆਦਮੀ ਪਾਰਟੀ ਸਰਕਾਰ ਅਗੀ ਉਹ ਹਜੇ ਵੀ ਲੱਗੇ ਹੋਏ ਨੇ ਕਿ ਲੱਗਦਾ ਬਾਕੀ ਸਾਰੇ ਖਿਡਾਰੀ ਦੀ ਬਾਹ ਫੜੀ ਜਾਵੇਗੀ ਦੇਖੋ ਜਿਹੜੇ ਜਿਨ੍ਹਾਂ ਨੇ ਸਾਡੇ ਦੇਸ਼ ਦਾ ਨਾਮ ਉੱਚਾ ਜਿਨ੍ਹਾਂ ਨੇ ਕੀਤਾ ਕਿਉਂਕਿ ਹਰ ਇੱਕ ਖਿਡਾਰੀ ਦੀ ਆਪਣਾ ਇੱਕ ਗ੍ਰੇਡ ਹੁੰਦਾ ਗ੍ਰੇਡੇਸ਼ਨ ਹੁੰਦੀ ਹੈ ਏ ਗ੍ਰੇਡ ਦਾ ਖਿਡਾਰੀ 20 ਗ੍ਰੇਡ ਦਾ ਖਿਡਾਰੀ ਸੀ ਗ੍ਰੇਡ ਦਾ ਖਿਡਾਰੀ ਉਹਨਾਂ ਦੀ ਗ੍ਰੇਡੇਸ਼ਨ ਦੇ ਹਿਸਾਬ ਦੇ ਨਾਲ ਪੰਜਾਬ ਸਰਕਾਰ ਮਾਨ ਸਾਹਿਬ ਦੀ ਸਰਕਾਰ ਸardar ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹਰ ਬੰਦੇ ਦੀ ਉਹਦੀ ਬਾਹ ਫੜੂਗੀ ਜਿਹਨੇ ਦੇਸ਼ ਦਾ ਨਾਮ ਉੱਚਾ ਚੱਕਣ ਦੇ ਲਈ ਆਪਣਾ योगदान पाया ਤੇ ਜਿਹੜਾ ਇਹ ਖਿਡਾਰੀ ਹੈ ਇਹਦੀ ਵੀ ਅਸੀਂ ਫਾਈਲ ਲੈ ਕੇ ਮਾਨ ਸਾਹਿਬ ਦੇ ਕੋਲ ਲੈ ਕੇ ਜਾਵਾਂਗੇ ਜੋ ਵੀ ਯੋਗ ਹੋਇਆ ਅਗਰ ਉਹ ਏਕ ਰੇਡ ਦੇ ਖਿਡਾਰੀ ਹੋਏ ਤੇ ਜ਼ਰੂਰ ਉਸਦੀ ਬਾਹ ਫੜੀ ਜਾਏਗੀ ਤੇ ਜ਼ਰੂਰ ਉਹਨੂੰ ਨੌਕਰੀ ਦਿੱਤੀ ਜਾਏਗੀ ਮੈਂ ਇਹ ਗੱਲ ਫੇਰ ਸਪਸ਼ਟ ਦੱਸਣੀ ਚਾਹੁੰਦਾ ਕਿ ਅਸੀਂ ਆਪਣੇ ਭਤੀਜਿਆਂ ਨੂੰ ਅਸੀਂ ਆਪਣੇ ਪੁੱਤਾਂ ਨੂੰ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਉਹਨਾਂ ਲਈ ਨੌਕਰੀਆਂ ਦਾ ਪ੍ਰਬੰਧ ਨਹੀਂ ਕਰਾਂਗੇ ਉਹਨਾਂ ਨੂੰ ਡੀਐਸਪੀ ਨਹੀਂ ਲਾਵਾਂਗੇ ਅਸੀਂ ਲੋਕਾਂ ਦੇ ਆਮ ਘਰਾਂ ਦੇ ਧੀਆ ਪੁੱਤਾਂ ਨੂੰ ਨੌਕਰੀਆਂ ਦੇਵਾਂਗੇ ਜਿਨ੍ਹਾਂ ਨੇ ਸਾਡੇ ਦੇਸ਼ ਦਾ ਨਾਮ ਉੱਚਾ ਕੀਤਾ ਫਾਈਲ ਦੇ ਲਈ ਹੁਣ ਤੁਸੀਂ ਕੀ ਖਾਸ ਪ੍ਰੋਜੈਕਟ ਲੈ ਕੇ ਆ ਰਹੇ ਹੋ ਪੈਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡੇ ਇਥੇ ਸਕੂਲ ਆਫ ਐਮੀਨੈਂਸ ਬਣਨ ਜਾ ਰਿਹਾ ਇਸ ਤੋਂ ਇਲਾਵਾ ਜਿਹੜਾ ਹੈਗਾ ਇੰਟਰਨੈਸ਼ਨਲ ਡਰਾਈਵਿੰਗ ਦਾ ਸਾਡਾ 21 ਇਕੜ ਦੇ ਵਿੱਚ ਬਹੁਤ ਵੱਡਾ ਇੱਕ ਇੰਸਟੀਚਿਊਟ ਬਣਨ ਜਾ ਰਿਹਾ ਔਰ ਮੈਂ ਤੁਹਾਨੂੰ ਦੱਸਿਆ ਕਿ ਸਾਡਾ ਇਹ ਜਿਹੜਾ ਪੈਲ ਦਾ ਜਿਹੜਾ ਕਿਲਾਬਾ ਇਹਦੇ ਲਈ 6 ਕਰੋੜ ਰੁਪਏ ਦੀ ਰਾਸ਼ੀ ਜਾਰੀ ਹੋ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੈਲ ਹਲਕੇ ਦੇ ਹਰੇਕ ਪਿੰਡ ਦੇ ਵਿੱਚ ਸਿਹਤ ਵਧੀਆ ਸਿਹਤ ਸਹੂਲਤਾਂ ਕਰਨ ਦੇ ਲਈ ਅਸੀਂ ਪੂਰਾ ਜ਼ੋਰ ਲਾਵਾਂਗੇ ਹਰੇਕ ਪਿੰਡ ਦੇ ਵਿੱਚ ਮਹੱਲਾ ਕਲੀਨਿਕ ਬਣਾਉਣ ਦੇ ਲਈ ਅਸੀਂ ਜ਼ੋਰ ਲਾਵਾਂਗੇ ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਰੋਡਸ ਨੇ ਆਉਣ ਵਾਲੇ 6 ਮਹੀਨੇ ਦੇ ਵਿੱਚ ਇਹ ਜਿਹੜੇ ਰੋਡਸ ਆ ਇਹਨਾਂ ਸਾਰੇ ਰੋਡਾਂ ਦੀ ਜਿਹੜੀ ਕਾਇਆਕਲਪ ਕੀਤੀ ਜਾਊਗੀ ਬਹੁਤ ਵੱਡਾ ਅਸੀਂ ਫੰਡ ਜਿਹੜਾ ਉਹ ਪੰਜਾਬ ਸਰਕਾਰ ਤੋਂ ਲੈ ਕੇ ਆ ਰਹੇ ਆ ਤਾਂ ਕਿ ਸਾਡੇ ਜਿੰਨੇ ਵੀ ਰੋਡ ਜਿਹੜੇ ਕਿ ਜਿਨ੍ਹਾਂ ਦੀ ਕੋਈ ਬਾਤ ਹੀ ਨਹੀਂ ਸੀ ਪੁੱਛੀ ਗਈ ਇਹਨਾਂ ਸਾਰੇ ਰੋਡਾਂ ਨੂੰ ਅਸੀਂ ਤਿਆਰ ਕਰਾਉਣ ਦੇ ਲਈ ਲੱਗੇ ਆ ਇਸ ਤੋਂ ਇਲਾਵਾ ਇੱਕ ਗੁਰਥਲੀ ਦੇ ਪੁਲ ਤੋਂ ਲੈ ਕੇ ਜੋੜੇ ਪੁਲਾਂ ਤੱਕ ਇੱਕ ਜਿਹੜਾ ਸਾਡਾ ਡ੍ਰੀਮ ਪ੍ਰੋਜੈਕਟ ਆ ਉਹ ਵੀ ਸਾਡਾ ਪ੍ਰੋਜੈਕਟ ਪਾਸ ਹੋਇਆ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਚਾਲੂ ਕਰਾਵਾਂਗੇ ਜੇ ਉਹ ਸਾਡਾ ਪ੍ਰੋਜੈਕਟ ਬਣ ਕੇ ਤਿਆਰ ਹੋ ਜਾਂਦਾ ਮੈਨੂੰ ਪਤਾ ਕਿ ਉਸ ਬਣਨ ਦੇ ਲਈ 4-5 ਸਾਲ ਦਾ ਸਮਾਂ ਲੱਗੂਗਾ ਕਿਉਂਕਿ ਵੱਡਾ ਪ੍ਰੋਜੈਕਟ ਆ ਜੋ ਸਾਡਾ ਪ੍ਰੋਜੈਕਟ ਜਿੱਦਣ ਨੇਪਰੇ ਚੜ ਗਿਆ ਉਸ ਦਿਨ ਸਾਡਾ ਪੈਲ ਤੋਂ ਪਟਿਆਲੇ ਜਾਣ ਦੇ ਲਈ ਤਕਰੀਬਨ 25-30 ਕਿਲੋਮੀਟਰ ਦਾ ਜਿਹੜਾ ਪਿੰਡ ਆ ਉਹ ਘਟ ਜਾਣਾ ਲੋਕਾਂ ਨੂੰ ਬੜੀ ਸਹੂਲਤ ਮਿਲੂਗੀ ਸਾਡਾ ਪੈਲ ਜਿਹੜਾ ਕਿ ਪਿੰਡੂ ਹਲਕਾ ਇਹਨੂੰ ਬਹੁਤ ਵੱਡਾ ਇਸ ਗੱਲ ਦਾ ਲਾਭ ਮਿਲੂਗਾ ਜੀ ਹਾਂ ਵਿਕਾਸਕਾਰ ਜੀ ਤੁਹਾਨੂੰ ਜਾਣਕਾਰੀ ਦੇ ਰਹੇ ਪਰ ਜੇਕਰ ਗੱਲ ਕਰੀਏ ਤਾਂ ਪਿਛਲੇ ਲੰਬੇ ਸਮੇਂ ਤੋਂ ਤੁਹਾਡੇ ਨਾਮ ਦੇ ਨਾਮ ਨਾਲ ਵੀ ਵਾਅਦਾ ਦਾ ਵੀ ਜਿਹੜਾ ਕਿ ਜ਼ਿਕਰ ਹੁੰਦਾ ਰਿਹਾ ਚਾਹੀਓ ਕਿਸੇ ਪੁਲਿਸ ਕਰਮੀ ਦੇ ਨਾਲ ਤੁਹਾਡੀ ਗੱਲਬਾਤ ਨੂੰ ਲੈ ਕੇ ਹੋਇਆ ਸੀ ਜਾਂ ਫਿਰ ਇਮੀਗ੍ਰੇਸ਼ਨ ਵਾਲੀ ਬੀਬੀ ਦੇ ਨਾਲ ਲੈ ਕੇ ਹੋਇਆ ਸੀ ਤੇ ਹੁਣ ਤਾਜ਼ਾ ਜਿਹੜਾ ਮਾਮਲਾ ਸਾਹਮਣੇ ਆਇਆ ਕਿ ਇੱਕ ਆਮ ਆਪਣਾ ਲੋਕਨ ਸਾਹ ਪਾਰਟੀ ਦਾ ਆਗੂ ਹੈ ਜੋ ਤੁਹਾਡੀ ਹੀ ਪਾਰਟੀ ਦੇ ਆਗੂ ਨੂੰ ਸ਼ਰੇਆਮ ਗੱਡੀ ਦੇ ਅੰਦਰ ਲਾਉਂ 스피ਕਰ ਲਾ ਕੇ ਧਮਕੀਆਂ ਦੇ ਰਿਹਾ ਹੈ ਦੇਖੋ ਜਿਹੜੇ ਬੰਦੇ ਗਲਤ ਅਨਸਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਜੇ ਆਪਾਂ ਅੱਜ ਲੋਟ ਸਪੀਕਰ ਵਾਲੀ ਗੱਲ ਤੇ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਉਹਦੇ ਤੇ ਆਪਾਂ ਜੇ ਗੱਲ ਕਰੀਏ ਤੁਸੀਂ ਆਪ ਹੀ ਕਹਿ ਚੁੱਕੇ ਹੋ ਕਿ ਲੋਕ ਇਨਸਾਫ ਪਾਰਟੀ ਦਾ ਆਗੂ ਹੈ ਉਹਦੇ ਲਈ ਵੀ ਅਸੀਂ ਪੁਲਿਸ ਦੇ ਤਹਿਤ ਉਹਨੂੰ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਉਹਨੂੰ ਇੰਨੀ ਕੀ ਮਜਬੂਰੀ ਪੈ ਗਈ ਕਿ ਉਹਨੂੰ ਲੋਟ ਸਪੀਕਰ ਲਾ ਕੇ ਉੱਥੇ ਜਾਣਾ ਪਿਆ ਅਸੀਂ ਉਹਨੂੰ ਪੂਰੀ ਵੀਡੀਓ ਨੂੰ ਬੜੇ ਗੌਰ ਦੇ ਨਾਲ ਸੁਣਿਆ ਉਹ ਕਿਸੇ ਨੂੰ ਗਾਲਾ ਨਹੀਂ ਕੱਢ ਰਿਹਾ ਕਿਸੇ ਨੂੰ ਮੰਦਾ ਨਹੀਂ ਬੋਲ ਰਿਹਾ ਉਹਨੂੰ ਕੁਝ ਕਹਿ ਰਿਹਾ ਕਿ ਭਾਈ ਤੂੰ ਸਾਨੂੰ ਇਹ ਫੇਸਬੁੱਕ ਤੇ ਜਾਂ ਵਟਸਐਪ ਤੇ ਤੁਸੀਂ ਇਹ ਗੱਲ ਪਾਈ ਸੀ ਉਸ ਗੱਲ ਦੀ ਵੀ ਪੁਲਿਸ ਜਾਂਚ ਕਰ ਰਹੀ ਆ ਜਿਹੜਾ ਵੀ ਦੋਸ਼ੀ ਹੋਇਆ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਊਗੀ ਜਿਹੜੇ ਗਲਤ ਅਨਸਰ ਨੇ ਉਹ ਬਿਲਕੁਲ ਵੀ ਬਖਸ਼ੇ ਨਹੀਂ ਜਾਣਗੇ ਚਾਹੇ ਸਾਡਾ ਕੋਈ ਵੀ ਕਿੰਨਾ ਵੀ ਕਰੀਬੀ ਕਿਉਂ ਨਾ ਹੋਵੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਤੁਸੀਂ ਮੰਨ ਜਿਓ ਕਿ ਤੁਹਾਡਾ ਕਰੀਬੀ ਆ ਆਗੂ ਲੋਕ ਇਨਸਾਫ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੈ ਤੇ ਕਿੱਦਾਂ ਕਰੀਬੀ ਹੋ ਗਿਆ ਪਾਰਟੀ ਉਹਨਾਂ ਦੀ ਪਾਰਟੀ ਲੱਗਾ ਮੇਰੀ ਪਾਰਟੀ ਆਮ ਆਦਮੀ ਪਾਰਟੀ ਆ ਤੇ ਪਾਰਟੀਆਂ ਦੇ ਨਾਲ ਦੇਖੋ ਬੀਇੰਗ ਅ ਹਿਊਮਨ ਆਪਣੀ ਸਾਰਿਆਂ ਦੇ ਨਾਲ ਨੇੜਤਾ ਮੇਰੀ ਤੁਹਾਡੇ ਨਾਲ ਵੀ ਨੇੜਤਾ ਪੱਤਰਕਾਰਾਂ ਨਾਲ ਵੀ ਨੇੜਤਾ ਰਾਜਨੀਤਿਕ ਲੋਕਾਂ ਨਾਲ ਵੀ ਨੇੜਤਾ ਪਰ ਹਾਂ ਜੇ ਸਾਡੀ ਪਾਰਟੀ ਦਾ ਸਵਾਲ ਹੈ ਤਾਂ ਅਸੀਂ ਪਾਰਟੀ ਦੇ ਨਾਲ ਤੇ ਇਸ ਲਈ ਜਿਹੜਾ ਵੀ ਬੰਦਾ ਚਾਹੇ ਜਿਸ ਵੀ ਮਰਜ਼ੀ ਪਾਰਟੀ ਦਾ ਹੋਵੇ ਨਾ ਤਾਂ ਕਿਸੇ ਨਾਲ ਧੱਕਾ ਹੋਊਗਾ ਤੇ ਨਾ ਹੀ ਕਿਸੇ ਨੂੰ ਧੱਕਾ ਕਰਨ ਦੇਾਂਗੇ ਬਿਲਕੁਲ ਇਹ ਸੰਹਲਕਾ ਪਾਇਲ ਤੋਂ ਵਿਧਾਇਕ ਮਲਵਿੰਦਰ ਸਿੰਘ ਗੈਸਪੁਰਾ ਜਿਨ੍ਹਾਂ ਦੇ ਵੱਲੋਂ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਦੇ ਬਾਰੇ ਜਾਣੂ ਕਰਵਾਇਆ ਗਿਆ ਤਾਂ ਨਾਲ ਦੀ ਨਾਲ ਜਿਹੜੇ ਇਹਨਾਂ ਦੇ ਨਾਮ ਨਾਲ ਜਿਹੜੇ ਕਿ ਵੀ ਵਾਅਦੇ ਜੁੜਦੇ ਆਏ ਉਹਨਾਂ ਤੇ ਵੀ ਆਪਦੀ ਸਫਾਈ ਜਿਹੜੀ ਕਿ ਦਿੰਦੇ ਨਜ਼ਰ ਆਏ ਨੇ ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦੀ ਗਪਾਲ ਦੇ ਨਿਕ ਸਵੇਰਾ ਦੁਰਾਹਾ